Bismillahir Rahmanir Rahim. Assalamu alaikum viewers. Mama's life OKR de vich welcome. Aaj mama tuhanu tel refine karna dass rahi hai ke tel kis tarah saaf karna, kis tarah refine karna, onu khane de qabil banauna. Te tel saaf karn waste assi lena va ek pyaaz. Pyaaz se leke onu kat lena va. Tusi apni marzi na bari kat lo. Main zara bas darmiyana size pyaaz da katya va. ਨਾਲ ਅਸੀਂ ਲਹਿਸਣ ਲੈਣਾ ਵਾ ਲਹਿਸਣ ਅਸੀਂ ਆਪਣੀ ਤੁਸੀਂ ਲੈ ਸਕਦੇ ਮਰਜ਼ੀ ਨਾਲ ਇਹ ਕੋਈ ਨਹੀਂ ਹੈ ਕਿ ਥੋੜ੍ਹਾ ਜਿਹਾ ਬਹੁਤਾ ਲੇਕਿਨ ਜ਼ਰੂਰੀ ਹੈ ਕਿ ਲਹਿਸਣ ਔਰ ਪਿਆਜ਼ ਲੈਣਾ ਠੀਕ ਹੈ ਦੋ ਜਵੇ ਘੱਟ ਹੋ ਗਏ ਜਾਂ ਦੋ ਜਵੇ ਬਰਾਬਰ ਹੋ ਗਏ ਤਾਂ ਕੋਈ ਇਸ ਤਰ੍ਹਾਂ ਮਸਲਾ ਨਹੀਂ ਹੈ ਅਤੇ ਅਸੀਂ ਤੇਲ ਲੈ ਲਿਆ ਵਾ ਤਕਰੀਬਨ 5 ਕਿਲੋ ਤੇਲ ਆ ਅਸੀਂ ਇਹਦੇ ਵਿੱਚ ਪਿਆਜ਼ ਪਾਇਆ ਵਿੱਚ ਅਸੀਂ ਲਹਿਸਣ ਪਾਉਣਾ ਵਾ ਲਹਿਸਣ ਔਰ ਪਿਆਜ਼ ਅਸੀਂ ਠੰਡੇ ਤੇਲ ਦੇ ਵਿੱਚ ਪਾਉਣਾ ਵਾ ਗਰਮ ਤੇਲ 'ਚ ਅਗਰ ਪਾਵਾਂਗੇ ਤਾਂ ਫਿਰ ਛਿੱਟੇ ਉੜਨੇ ਆ ਤੁਸੀਂ ਆਪਣੀ ਹਿਫਾਜ਼ਤ ਪੇਸ਼ੇ ਨਜ਼ਰ ਤੁਸੀਂ ਠੰਡੇ ਤੇਲ 'ਚ ਪਾ ਦਿਓ ਅਤੇ ਇਹਦੇ ਵਿੱਚ ਮੈਂ ਦਹੀਂ ਪਾਇਆ ਵਾ ਦਹੀਂ ਵੀ ਤੁਸੀਂ ਆਪਣੇ ਹਿਸਾਬ ਲੈ ਸਕਦੇ ਹਾਂ ਜ਼ਰੂਰਤ ਇੱਧਰ ਤੁਹਾਡੇ ਕੋਲ ਜਿੰਨਾ ਹੈ ਵਾ ਤੁਸੀਂ ਉਸ ਹਿਸਾਬ ਨਾਲ ਲੈ ਲਓ ਆ ਮੈਂ ਬਸ ਤਕਰੀਬਨ 1 ਕੱਪ ਦਹੀਂ ਲਿਆ ਵਾ ਅਸੀਂ ਪਹਿਲੇ ਅੰਮੀਆਂ ਸਾਡੀ ਅੰਮੀ ਸਾਫ ਕਰਦੇ ਸੀ ਤੇਲ ਸਰਸੋਂ ਰੋਟੀ ਪਾ ਕੇ ਸਰਸੋਂ ਤੇਲ ਨੂੰ ਜਦੋਂ ਉਹਨਾਂ ਨੇ ਰਿਫਾਈਂਡ ਕਰਨਾ ਉਹਨੂੰ ਇਸਤੇਮਾਲ ਦੇ ਕਾਬਲ ਬਣਾਉਣਾ ਰੋਟੀ ਪਾਈਦੀ ਸੀ ਲੇਕਿਨ ਮੈਂ ਹੁਣ ਦਹੀਂ ਪਾ ਕੇ ਰਿਫਾਈਂਡ ਕਰਦੀ ਸੀ ਲੇਕਿਨ ਅਸੀਂ ਇਹਨੂੰ ਖਾਣ ਵਿੱਚ ਇਸਤੇਮਾਲ ਕਰਨਾ ਹਾਂਡੀ ਪਾਉਣ ਵਿੱਚ ਤੁਸੀਂ ਇਹਦੇ ਵਿੱਚ ਲਹਿਸਣ ਪਿਆਜ਼ ਅਦਰਕ ਦਹੀਂ ਔਰ ਰੋਟੀ ਤੁਸੀਂ ਸਾਰੀਆਂ ਚੀਜ਼ਾਂ ਬੇਸ਼ੱਕ ਪਾ ਕੇ ਇਹਨੂੰ ਰਿਫਾਈਂਡ ਕਰ ਲਓ ਬਹੁਤ ਹੀ ਅੱਛਾ ਲਾਜਵਾਬ ਬਣੇਗਾ ਰੋਟੀ ਜ਼ਰੂਰੀ ਨਹੀਂ ਹੈ ਲੇਕਿਨ ਇਹ ਆ ਕਿ ਇਹਦੇ ਵਿੱਚ ਕੋਈ ਚੀਜ਼ ਪਾ ਕੇ ਇਹਨੂੰ ਸਾਫ਼ ਕਰਨਾ ਤਾਂ ਕਿ ਤੇਲ ਦੀ ਕੜਵਾਹਟ ਦੂਰ ਹੋ ਜਾਏ ਖਤਮ ਹੋ ਜਾਏ ਤੇਲ ਖਾਣੇ ਦੇ ਕਾਬਲ ਹੋ ਜਾਵੇ ਬਾਜ਼ਾਰੋਂ ਤੇਲ ਰਿਫਾਈਂਡ ਕੀਤੇ ਮਿਲਦੇ ਆ ਬਹੁਤ ਕੰਪਨੀਆਂ ਤੇਲ ਵੇਚਦੀਆਂ ਵਾ ਜਿਹਨਾਂ ਤੇਲ ਮਿਲਦੇ ਆ ਪੈਕਿੰਗ ਦੇ ਵਿੱਚ ਬੰਦ ਲੇਕਿਨ ਉਹਨਾਂ ਨੂੰ ਪਤਾ ਨਹੀਂ ਕੀ ਕੈਮੀਕਲ ਪਾ ਕੇ ਰਿਫਾਈਂਡ ਕਰਦੇ ਆ ਤੁਸੀਂ ਆਪਣੀ ਸਿਹਤ ਦੇ ਪੇਸ਼ੇ ਨਜ਼ਰ ਤੇਲ ਲੈ ਕੇ ਉਹਨੂੰ ਖੁਦ ਸਾਫ਼ ਕਰੋ ਉਹਦੇ ਵਾਸਤੇ ਦਹੀਂ ਲੈ ਲਓ ਪਿਆਜ਼ ਲੈ ਲਓ ਔਰ ਲਹਿਸਣ ਲੈ ਲਓ ਜਿਹੜਾ ਤੇਲ ਆ ਇਸ ਹੈਲਥ ਦੇ ਹਿਸਾਬ ਨਾਲ ਬਹੁਤ ਅੱਛਾ ਵਾ ਇਹ ਤੇਲ ਖੂਨ ਦੀ ਨਾਲੀਆਂ ਜਿਹੜਾ ਖੂਨ ਜੰਮਦਾ ਉਹਦੇ ਵਾਸਤੇ ਬਹੁਤ ਹੀ ਅੱਛਾ ਵਾ ਜਿਗਰ ਵਾਸਤੇ ਬਹੁਤ ਅੱਛਾ ਵਾ ਯਰਕਾਨ ਵਾਸਤੇ ਬਹੁਤ ਅੱਛਾ ਵਾ ਕੋਲੈਸਟ੍ਰੋਲ ਕਮ ਕਰਦਾ ਵਾ ਔਰ ਸ਼ੂਗਰ ਦੇ ਪੇਸ਼ੈਂਟ ਵਾਸਤੇ ਬਹੁਤ ਅੱਛਾ ਵਾ ਦਿਲ ਦੇ ਅਮਰਾਜ਼ ਵਾਸਤੇ ਬਹੁਤ ਅੱਛਾ ਵਾ ਔਰ ਦਿਮਾਗ ਦੀ ਜਿਹੜੀ ਖੂਨ ਜੰਮਦਾ ਰੁਕਾਵਟਾਂ ਹੁੰਦੀਆਂ ਉਹਨਾਂ ਨੂੰ ਠੀਕ ਕਰਦਾ ਵਾ ਜੋ ਲੱਤਾਂ 'ਚ ਰੁਕਾਵਟਾਂ ਹੁੰਦੀਆਂ ਵਾ ਵੇਨਾਂ ਦੀਆਂ ਮਾਸ਼ਾਅੱਲਾ ਉਹ ਵੀ ਠੀਕ ਕਰਦਾ ਤੇਲ ਤਾਂ ਮਾਸ਼ਾਅੱਲਾ ਇਹਦੇ ਇੰਨੇ ਬੇਸ਼ੁਮਾਰ ਫਾਇਦੇ ਆ ਕਿ ਮੈਨੂੰ ਖੁਦ ਨਹੀਂ ਪਤਾ ਇੰਨੇ ਜਿੰਨੇ ਫਾਇਦੇ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਅਤੇ ਤੇਰਾ ਦੇਖੋ ਇਸ ਤਰ੍ਹਾਂ ਪੱਕਣ ਲੱਗ ਪਿਆ ਵਾ ਬਸ ਇਹਨੂੰ ਉਬਲ ਕੇ ਬਾਹਰ ਨਾ ਗਿਰੇ ਬਸ ਤੁਸੀਂ ਇਹ ਖਿਆਲ ਕਰਨਾ ਵਾ ਇਸ ਤਰ੍ਹਾਂ ਝੱਗ ਉੱਪਰ ਪਹਿਲੇ ਜ਼ਿਆਦਾ ਨਹੀਂ ਆ ਫਿਰ ਆਹਿਸਤਾ ਆਹਿਸਤਾ ਝੱਗ ਖਤਮ ਹੋ ਜਾਣੀ ਆਹ ਦੇਖੋ ਦਹੀਂ ਮੇਰਾ ਗਾੜਾ ਹੋ ਗਿਆ ਵਾ ਸਖਤ ਹੋਣਾ ਸ਼ੁਰੂ ਹੋ ਗਿਆ ਮੇਰਾ ਦਹੀਂ ਔਰ ਪਿਆਜ਼ ਨੇ ਵੀ ਔਰ ਲਹਿਸਣ ਦੋਨਾਂ ਨੇ ਬਰਾਊਨ ਹੋ ਜਾਣਾ ਵਾ ਅਤੇ ਜਿਹੜਾ ਮੈਨੂੰ ਕਿਸੇ ਡਾਕਟਰ ਨੇ ਦੱਸਿਆ ਸੀ ਮੈਂ ਉਹਦਾ ਨਾਮ ਨਹੀਂ ਲੈਂਦੀ ਸਾਹੀਵਾਲ ਸੀਖ ਡਾਕਟਰ ਉਹਨੇ ਕਿਹਾ ਸੀ ਤੁਸੀਂ ਗਾਚ ਨਹੀਂ ਪਾ ਕੇ ਰਿਫਾਈਂਡ ਕਰੋ ਅਤੇ ਮੈਂ ਉਹਨੂੰ ਦੱਸਿਆ ਕਿ ਨਹੀਂ ਮੈਂ ਗਾਚ ਨਹੀਂ ਪਾਉਣ ਦੀ ਜ਼ਰੂਰਤ ਹੀ ਨਹੀਂ ਹੈ ਮੈਂ ਆਪਣੇ ਜਿਹੜੇ ਖਾਣ ਪੀਣ ਦੀਆਂ ਚੀਜ਼ਾਂ ਵਾਂ ਜਿਹੜੇ ਅਸੀਂ ਰੋਜ਼ਮਰਾ ਇਸਤੇਮਾਲ ਕਰਦੇ ਹਾਂ ਪਿਆਜ਼ ਆ ਲਹਿਸਣ ਆ ਰੋਟੀ ਆ ਦਹੀਂ ਆ ਤੁਸੀਂ ਉਸ ਤਰੀਕੇ ਨਾਲ ਸਾਫ਼ ਕਰੋ ਬਹੁਤ ਹੀ ਅੱਛਾ ਰਿਫਾਈਂਡ ਹੋਏਗਾ ਅਤੇ ਸਾਡੇ ਖਾਣੇ ਬੇਸ਼ੁਮਾਰ ਇਹਨਾਂ ਖਾਣੇ ਤਿਆਰ ਹੁੰਦੇ ਆ ਲਜ਼ਤ ਨਾਲ ਭਰਪੂਰ ਹੁੰਦੇ ਜ਼ਾਇਕਾ ਵੀ ਹੁੰਦਾ ਔਰ ਸਿਹਤ ਵੀ ਗਜ਼ਾ ਵੀ ਔਰ ਗਜ਼ਾਇਤ ਵੀ ਦੋਨੋਂ ਚੀਜ਼ਾਂ ਮਾਸ਼ਾਅੱਲਾ ਔਰ ਤੁਸੀਂ ਇਹਦੇ ਵਿੱਚ ਤੁਸੀਂ ਇਸ ਤਰ੍ਹਾਂ ਅਸੀਂ ਇਹਨੂੰ ਮਿੱਠੀ ਚੀਜ਼ ਵਿੱਚ ਨਹੀਂ ਮੈਂ ਇਸਤੇਮਾਲ ਕਰਦੀ ਜਿਸ ਤਰ੍ਹਾਂ ਮਤਲਬ ਕੇਕ ਆ ਜਾਂ ਮਿੱਠੇ ਚਾਵਲ ਆ ਮਿੱਠੇ ਚਾਵਲ ਤਾਂ ਮੈਂ ਟਰਾਈ ਨਹੀਂ ਕੀਤੇ ਲੇਕਿਨ ਇਹ ਆ ਬਿਰਿਆਨੀ ਬਹੁਤ ਅੱਛੀ ਬਣਦੀ ਹੈ ਔਰ ਸਭ ਤੋਂ ਜ਼ਿਆਦਾ ਹੁਣ ਬਿਰਿਆਨੀ ਦਾ ਮਸਲਾ ਹੁੰਦਾ ਬੱਚਿਆਂ ਨੂੰ ਔਰ ਵੱਡਿਆਂ ਨੂੰ ਬਿਰਿਆਨੀ ਕੋਫਤੇ ਚਿਕਨ ਮਟਨ ਦੇਸੀ ਮੁਰਗੀ ਤੁਸੀਂ ਜੋ ਵੀ ਬਣਾਓ ਮਾਸ਼ਾਅੱਲਾ ਬਹੁਤ ਲਾਜਵਾਬ ਖਾਣਾ ਬਣੇਗਾ ਅਤੇ ਜਿਸ ਤਰ੍ਹਾਂ ਅਚਾਰ 'ਚ ਅਗਰ ਆਪਾਂ ਸਰਸੋਂ ਤੇਲ ਪਾਉਂਦੇ ਹਾਂ ਬਲਕਿ ਆਪਾਂ ਅਚਾਰ 'ਚ ਸਰਸੋਂ ਤੇਲ ਹੀ ਸ਼ਾਮਿਲ ਕਰੀਦਾ ਜੈਤੂਨ ਦਾ ਮੇਰੇ ਖਿਆਲ ਪਾਕਿਸਤਾਨ 'ਚ ਤਾਂ ਕੋਈ ਨਹੀਂ ਕਰਦਾ ਹੋਣਾ ਅਤੇ ਤੇਲ ਗਲਣ ਤੋਂ ਬਚਾਉਂਦਾ ਅਚਾਰ ਨੂੰ ਅਤੇ ਇਸ ਤਰ੍ਹਾਂ ਅਚਾਰ ਠੀਕ ਰਹਿੰਦਾ ਵਾ ਜਿਸ ਤਰ੍ਹਾਂ ਪੂਰਾ ਸਾਲ ਬਲਕਿ ਦੋ ਦੋ ਸਾਲ ਵੀ ਅਚਾਰ ਤੇਲ 'ਚ ਡਿੱਪ ਰਹੇ ਡੁੱਬਿਆ ਰਹੇ ਤਾਂ ਬਿਲਕੁਲ ਖਰਾਬ ਨਹੀਂ ਹੁੰਦਾ ਇਸ ਤਰ੍ਹਾਂ ਤੇਲ ਸਾਡੀ ਬੋਡੀ ਨੂੰ ਬਚਾਉਂਦਾ ਸਾਡੇ ਅੰਦਰ ਬਿਮਾਰੀਆਂ ਖਤਮ ਕਰਦਾ ਜਿਹੜੀਆਂ ਸਾਨੂੰ ਲੱਗਦੀਆਂ ਵਾ ਜਿਸ ਤਰ੍ਹਾਂ ਘੀ ਜੰਮਦਾ ਵਾ ਉਸ ਤਰ੍ਹਾਂ ਹੀ ਘੀ ਸਾਡੇ ਅੰਦਰ ਜਾ ਕੇ ਜੰਮਦਾ ਸਾਡੀ ਬੋਡੀ ਦੇ ਅੰਦਰ ਵੇਨਾਂ ਦੇ ਵਿੱਚ ਅਤੇ ਤੁਸੀਂ ਇਸ ਤੋਂ ਅੱਛਾ ਵਾ ਆਪਣੇ ਖਾਲਸ ਇਸਤੇਮਾਲ ਕਰੋ ਜਿਹੜੇ ਸਾਡੇ ਅਜਦਾਦ ਨੇ ਸ਼ੁਰੂ ਤੋਂ ਇਸਤੇਮਾਲ ਕੀਤਾ ਬਹੁਤ ਹੀ ਲਾਜਵਾਬ ਰਿਫਾਈਂਡ ਹੁੰਦਾ ਵਾ ਆ ਦੇਖੋ ਇਹ ਠੰਡਾ ਹੋ ਗਿਆ ਮੈਂ ਪਾਣੀ ਨਾਲ ਪਾਉਣ ਕੇ ਆ ਦਹੀਂ ਉੱਪਰ ਆ ਗਿਆ ਜੰਮ ਗਿਆ ਦਹੀਂ ਬਰਾਊਨ ਹੋ ਗਿਆ ਪਿਆਜ਼ ਬਰਾਊਨ ਹੋ ਗਿਆ ਲਹਿਸਣ ਬਰਾਊਨ ਹੋ ਗਿਆ ਇਹਨੂੰ ਛਾਣ ਕੇ ਠੰਡਾ ਕਰਕੇ ਤੁਸੀਂ ਬੋਤਲ 'ਚ ਭਰ ਕੇ ਰੱਖ ਲਓ ਇਹ ਜ਼ਰੂਰ ਤੁਸੀਂ ਅੱਗੇ ਸ਼ੇਅਰ ਕਰੋ ਖੁਸ਼ ਰਹੋ ਆਬਾਦ ਰਹੋ ਸ਼ਾਦ ਰਹੋ ਦੇਖਦੇ ਰਹੋ ਮਾਮਾਜ਼ ਲਾਈਫ ਓਕੇ ਆ ਦੁਆਵਾਂ 'ਚ ਯਾਦ ਰੱਖੋ ਅੱਲਾਹ ਹਾਫਿਜ਼